ਅਸੀਂ ਆਪਣੀ ਮਰਜ਼ੀ ਕਰਦੇ ਹਾਂ, ਕਰਦੇ ਹਾਂ ਕਿ ਨਹੀਂ ਕਰਦੇ ਹਾਂ, ਆਪਣੀ ਮਰਜ਼ੀ। ਸਾਡਾ ਦਿਲ ਕੀਤਾ ਤਾਂ ਅਸੀਂ ਪ੍ਰਭੂ ਦੀ ਹਜ਼ੂਰੀ ਵਿੱਚ ਜਾਵਾਂਗੇ, ਨਾ ਕੀਤਾ ਤਾਂ ਨਹੀਂ ਜਾਵਾਂਗੇ। ਅਗਲੀ ਵਾਰ ਚਲੇ ਜਾਵਾਂਗੇ, ਅਗਲੇ ਹਫ਼ਤੇ ਚਲੇ ਜਾਂਦੇ, ਅੱਜ ਛੁੱਟੀ ਕਰ ਲੈਂਦੇ ਹਾਂ, ਅੱਜ ਘਰੇ ਆਵਾਜ਼ ਆ ਜਾਏਗੀ ਦੂਰੋਂ ਸੁਣ ਲੈਂਦੇ ਹਾਂ, ਆਨਲਾਈਨ ਵੇਖ ਲਾਂਗੇ, ਯੂਟਿਊਬ ਤੇ ਦੇਖ ਲਾਂਗੇ। ਪਰਮੇਸ਼ਰ ਦੀ ਹਜ਼ੂਰੀ ਵਿੱਚ ਆਣਾ ਡਬਲ ਪ੍ਰਤੀਫਲ ਹੈ। ਸਮਝ ਲੱਗ ਰਹੀ ਹੈ? ਕੀ ਕਹਿੰਦਾ ਹੈ? ਜਿਹੜਾ ਤੁਹਾਨੂੰ ਕਬੂਲ ਕਰੇ ਉਹ ਮੈਨੂੰ ਕਬੂਲ ਕਰੇਗਾ, ਜਿਹੜਾ ਨਬੀ ਨੂੰ ਨਬੀ ਕਰਕੇ ਜਾਣੇ ਉਹ ਨਬੀ ਦਾ ਫਲ ਪਾਵੇਗਾ। ਕੀ ਲਿਖਿਆ? ਜਿਹੜਾ ਮੈਨੂੰ ਕਬੂਲ ਕਰੇ ਉਹ ਮੇਰੇ ਕੱਲਣ ਵਾਲੇ ਨੂੰ ਕਬੂਲ ਕਰੇਗਾ। ਕਹਿੰਦਾ ਜਿਹੜਾ ਤੁਹਾਨੂੰ ਕਬੂਲ ਕਰਦਾ ਹੈ ਉਹ ਮੈਨੂੰ ਕਬੂਲ ਕਰਦਾ ਹੈ, ਜੋ ਮੈਨੂੰ ਕਬੂਲ ਕਰਦਾ ਹੈ ਮੇਰੇ ਕੱਲਣ ਵਾਲੇ ਨੂੰ ਕਬੂਲ ਕਰਦਾ ਹੈ। ਸਮਝ ਲੱਗ ਰਹੀ ਹੈ? ਕਹਿੰਦਾ ਜਿਹੜਾ ਧਰਮੀ ਨੂੰ ਧਰਮੀ ਕਰਕੇ ਜਾਣੇਗਾ ਧਰਮੀ ਦਾ ਫਲ ਪਾਏਗਾ, ਜਿਹੜਾ ਨਬੀ ਨੂੰ ਨਬੀ ਕਰਕੇ ਜਾਣੇਗਾ ਨਬੀ ਦਾ ਫਲ ਪਾਏਗਾ। ਸਮਝ ਲੱਗ ਰਹੀ ਹੈ? ਪਾਸਟਰ ਨੂੰ ਪਾਸਟਰ ਕਰਕੇ ਜਾਣੇਗਾ ਪਾਸਟਰ ਜੀ, ਨਬੀ ਜੀ, ਪ੍ਰੋਫਟ ਜੀ, ਸੀਨੀਅਰ ਜੀ, ਉਹ ਨਬੀ ਦਾ ਫਲ ਪਾਏਗਾ। ਬਹੁਤ ਸਾਰੇ ਜਦ ਬੋਲਦੇ ਨੇ ਜਿੱਦਾਂ ਪਰਮੇਸ਼ਰ ਨੇ ਮੈਨੂੰ ਚੁਣਿਆ ਹੈ, ਅਸੀਂ ਚੁਣੇ ਹੋਏ ਹਾਂ। ਜਦ ਲੋਕ ਸਾਡੀ ਕਦਰ ਕਰਦੇ ਨੇ, ਕੀ ਲਿਖਿਆ ਹੈ? ਪਰ ਫਰੀਸੀਆਂ ਨੇ ਕੀ ਲਿਖਿਆ ਇੱਥੇ? ਜੇ ਕੋਈ ਇਹਨਾਂ ਛੋਟਿਆਂ ਵਿੱਚੋਂ ਇੱਕ ਨੂੰ ਚੇਲੇ ਦੇ ਨਾਂ ਉੱਤੇ ਨਿਰਾ ਇੱਕ ਕਟੋਰਾ ਠੰਡੇ ਪਾਣੀ ਦਾ ਪਿਆਵੇ, ਮੈਂ ਤੁਹਾਨੂੰ ਸੱਤ ਆਖਦਾ ਹਾਂ ਕਿ ਉਹ ਆਪਣਾ ਫਲ ਕਦੀ ਨਾ ਗਵਾਏਗਾ। ਠੰਡੇ ਪਾਣੀ ਦਾ ਇੱਕ ਕਟੋਰਾ ਵੀ ਪਰਮੇਸ਼ਰ ਦੇ ਦਾਸ ਨੂੰ ਪਿਆਇਆ ਹੋਇਆ ਖਾਲੀ ਨਹੀਂ ਜਾਓਗੇ। ਸਮਝ ਲੱਗ ਰਹੀ? ਠੰਡੇ ਪਾਣੀ ਦਾ ਗਰਮੀਆਂ ਦੇ ਵਿੱਚ, ਸਿਆਲ ਵਿੱਚ ਨਹੀਂ। ਸਰਬਲ ਵਾਲੇ ਲਈਆ, ਜੋਸ ਵਾਲੇ ਲਈਆ, ਕਹਿੰਦਾ ਠੰਡੇ ਪਾਣੀ ਦਾ ਜਿਹੜਾ ਪਿਆਲਾ ਪੁਆਏਗਾ ਉਹ ਕਦੀ ਫਲ ਗਵਾਵੇਗਾ ਨਹੀਂ ਹੈਗਾ। ਗਰਮੀਆਂ ਦੇ ਠੰਡਾ ਪਾਣੀ ਪਵਾਉਣਾ ਹੈ ਬਰਫ਼ ਪਾ ਕੇ, ਇਹਨਾਂ ਸਿਆਲ ਚ ਪਵਾ ਲਿਆ ਜੇ ਤੁਸੀਂ ਕਹੋ। ਬਾਈਬਲ ਚ ਲਿਖਿਆ ਹੋਇਆ ਠੰਡੇ ਪਾਣੀ ਦਾ ਠੰਡਾ ਹੀ ਪਵਾਉਣਾ, ਗਰਮ ਨਹੀਂ, ਭਾਵੇਂ ਅਗਰ ਜੁਕਾਮ ਲੱਗ ਜਾਏ। ਸਾਰੇ ਬੋਲਾ ਲੈ ਲਈਆ, ਜੋਰ ਸੇ ਬੋਲਾ ਲੈ ਲਈਆ। ਹਾਂ, ਗਰਮੀਆਂ ਦਾ ਵਚਨ ਲਿਖਿਆ ਹੋਇਆ ਬਾਈ ਸਾਹਿਬ, ਸਿਆਲ ਚ ਚਲਾ ਲਿਆ ਜੇ। ਸਮਝ ਲੱਗ ਰਹੀ ਹੈ? ਕੁਝ ਗਰਮੀ ਵਾਲੇ ਵਚਨ ਹੈ, ਕੁਝ ਸਿਆਲ ਵਾਲੇ ਵੀ ਕਹਿੰਦੇ। ਸਿਆਲ ਵਾਲੇ ਸਿਆਲ ਚ ਕਰਾਂਗੇ, ਇਹ ਗਰਮੀਆਂ